ਬਿਸਮਿਲ੍ਲਾਹਿਰ-ਰਹਿਮਾਨਿਰ-ਰਹੀਮ। ਅਸਲਾਮ ਵਾਲੇਕੁਮ ਦੋਸਤੋ, ਮੈਂ ਤੁਹਾਡਾ ਮੇਜ਼ਬਾਨ ਮੁਹੰਮਦ ਜਾਵੇਦ ਤੇ ਤੁਸੀਂ ਦੇਖਦੇ ਪਏ ਜੋ ਤੁਹਾਡਾ ਦੇਸ਼ ਪੰਜਾਬ ਟੀਵੀ YouTube ਚੈਨਲ ਆਪਣੇ ਵੀਰਾਂ ਭਰਾਵਾਂ ਦੋਸਤਾਂ ਲਈ ਮਿਹਨਤਾਂ ਕਾਫਸ਼ਾਂ ਕਰਕੇ ਖੂਬਸੂਰਤ ਔਰ ਲਾਜਵਾਬ ਨਾਜ਼ਰੀਨ ਬਿਹਤਰੀਨ ਵੀਡੀਓ ਲੈ ਕੇ ਹਾਜ਼ਰ ਹੋ ਲੱਗੇ ਹਾਂ। ਅੱਜ ਮੈਂ ਆਪਣੇ ਭਰਾਵਾਂ ਦੋਸਤਾਂ ਨੂੰ ਜਿਹੜੀ ਬੱਚੀ ਵਿਖਾਉਣ ਚੱਲਿਆ ਮੇਰੇ ਤੁਹਾਡੇ ਕੈਮਰੇ ਦੀ ਅੱਖ ਦੇ ਸਾਹਮਣੇ, ਮਾਸ਼ਾਅੱਲਾ ਬੱਚੀ ਨੇ ਦੋਸਤੋ ਪਹਿਲਾ ਸੂਆ ਡਿਲੀਵਰ ਕੀਤਾ ਮੂੰਹ ਚਾਰ ਦਿਨ ਦੇ, ਔਰ ਮਗਰ ਦੋਸਤੋ ਬੱਚਾ ਹੈ। ਅੱਜ ਸੂਈ ਨੂੰ ਜਨਾਬ ਕਮ ਸੋ ਕਮ 3 ਦਿਨ ਹੋ ਗਏ ਨਾ ਜੀ, ਤੀਸਰਾ ਦਿਨ ਦੋਸਤੋ ਬੋਲੇ ਦੇ ਵਿੱਚ ਹਾਲੇ ਦੁੱਧ ਕੋਈ ਬਣਿਆ, ਪੂਰਾ ਰੋਗ ਰੋਗ ਦਾ ਮੁੱਠ ਮੁੱਠ ਦਾ ਥਣ ਫਰੀਜ਼ੀਅਨ ਚੋਲਸਤਾਨ ਕ੍ਰਾਸ ਵਾਜ਼ਾ ਪ੍ਰਿੰਟ ਚੋਂ, ਗਾਂ ਦੇ ਆਰਡਰ ਕੁਆਲਿਟੀ ਚੋਂ, ਔਰ ਗਾਂ ਦੀ ਪੂਰੀ ਲਾਮ ਚੋਂ ਕੱਦ ਕਾਟ ਚੋਂ ਨਜ਼ਰ ਆ ਰਿਹਾ। ਇਹਨੇ ਅਗਲੇ ਸੂਏ ਤਿਕਰ ਵੱਛੀ ਨੇ ਕੱਦ ਕਰਨਾ, ਅਸੀਲ ਸਾਹੂ ਵੀ ਚੈੱਕ ਕਰਾਵਾਂਗੇ ਮੇਰੇ ਵੀਰਾਂ ਨੂੰ, ਥਣਾ ਤੋਂ ਲੈ ਕੇ ਅਸੀਲ ਸਾਹੂ ਤੋਂ ਲੈ ਕੇ ਪਿੱਛੋਂ ਤੋਂ ਲੈ ਕੇ ਜੇਰ ਤੱਕ ਚੁੰਗਣ ਤੱਕ ਹਰ ਗੱਲ ਦੀਆਂ ਗਰੰਟੀਆਂ ਦਵਾਵਾਂਗੇ। ਇਹ ਭਾਈ ਅਲੀ ਰਜ਼ਾ ਦੇ ਡੇਰੇ 'ਤੇ ਖੜੀ ਹੈ, ਭਾਈ ਅਲੀ ਰਜ਼ਾ ਦਾ ਮੇਰੇ ਵੀਰਾਂ ਭਰਾਵਾਂ ਦੋਸਤਾਂ ਨੂੰ ਪਤਾ ਕਿ ਰੇਟ ਮਕੂਲ ਹੁੰਦਾ। ਮਾਸ਼ਾਅੱਲਾ ਗਾਏ ਦਾ ਹੁਸਨ ਪੂਰਾ, ਮਾਸ਼ਾਅੱਲਾ ਲੰਮੀ ਲੱਜੀ ਪੂਰੀ, ਔਰ ਸਾਫ਼ ਸੁਥਰੀ ਵੈਣ, ਔਰ ਦੁੱਧ ਦੇਣ ਵਾਲਾ ਮਾਸ਼ਾਅੱਲਾ ਜਾਨਵਰ। ਅਗਲੇ ਸੂਏ ਵੈਣ ਨੇ ਮਾਸ਼ਾਅੱਲਾ ਇਸ ਤੋਂ 4 ਗੁਣਾ ਜ਼ਿਆਦਾ ਦੋਸਤੋ ਬਣਨਾ, ਔਰ ਪਹਿਲਾ ਸੂਆ ਇਹ 10 ਸੂਏ ਤੀਕਰ ਅੱਲਾ ਦੇ ਗੁਣਾ ਵੱਛੀ ਦਿਸੇਗੀ ਦੋਸਤੋ। ਮੂੰਹ ਉਹ ਚਾਰ ਦਿਨ ਦੇ ਮੂੰਹ ਪੱਟ ਕੇ ਵਿਖਾਵਾਂਗੇ, ਔਰ ਹਰ ਗੱਲ ਦੀਆਂ ਤੁਹਾਡਾ ਦੇਸ਼ ਪੰਜਾਬ ਟੀਵੀ ਤੁਹਾਨੂੰ ਤਸੱਲੀਆਂ ਕਰਾਉਂਦਾ ਹੈ। ਆਰਡਰ ਕੁਆਲਿਟੀ ਵੱਛੀ ਦਾ ਵੇਖਦੇ ਪਏ ਹੋ, ਪੂਰਾ ਮਾਸ਼ਾਅੱਲਾ ਸੋਹਣਾ ਸੁਥਰਾ, ਵੱਛੀ ਦਾ ਟੁਨ ਫਿਲ ਮਾਸ਼ਾਅੱਲਾ ਲਾਜਵਾਬ, ਔਰ ਹਰ ਗੱਲ ਦੀਆਂ ਤਸੱਲੀਆਂ ਕਰਾ ਰਹੇ ਹੈ। ਗਰਮੀ ਸਰਦੀ ਦੀ ਦੋਸਤੋ ਸ਼ਹਜ਼ਾਦੀ ਹੈ, ਲੈਣਾ ਦੇਣਾ ਮੁਕਦਰਾਂ ਦਾ ਹੋਵੇਗਾ, ਸੌਦਾ ਨਸੀਬਾਂ ਦਾ ਹੋਵੇਗਾ। ਭਾਈ ਅਲੀ ਰਜ਼ਾ ਨੂੰ ਇਹ ਕਿਹਾ ਕਿ ਰੇਟ ਆਪਾਂ ਅੱਜ ਐਂ ਦਾ ਮਕੂਲ ਕਰਨਾ ਕਿ ਹਰ ਮੇਰੇ ਭਰਾ ਦਾ ਦਿਲ ਕਰੇ ਖਰੀਦਣ ਨੂੰ, ਜਿਹੜਾ ਵੀਡੀਓ ਵੇਖੇ ਉਹ ਹੀ ਕਹੇ ਕਿ ਯਾਰ ਜਾਨਵਰ ਲੈਣਾ ਚਾਹੀਦਾ, ਇੰਨਾ ਪਿਆਰ ਮੁਹੱਬਤ ਵਾਲਾ ਰੇਟ ਹੋਣਾ। 20 ਸੇਰ ਭਾਈ ਕਹਿੰਦਾ ਕਿ ਬੋਲੇ ਦੇ ਵਿੱਚ ਗਾਂ ਦੇ ਕੋਲੇ ਗਰੰਟੀਆਂ ਨੇ ਆਪਣੇ ਚਵਾਈ ਦੇ ਆਗਾਜ਼ ਤੇ ਪਹਿਲੇ ਹੀ ਬਾਈ ਤੇ ਮੂੰਹ ਚੋਦੀ ਦੇ। ਭਾਈ ਕਹਿ ਰਿਹਾ ਚਵਾਈ ਦੇ ਆਗਾਜ਼ ਤੋਂ ਹੀ ਮਾਸ਼ਾਅੱਲਾ ਦੱਸਦੇ ਪਏ ਆ ਕਿ 20 ਸੇਰ ਆਪਣੀ ਗਾਂ ਕੋ ਦੁੱਧ ਦੇ ਤੇ ਐਂਡ ਤੇ ਮੂੰਹ ਪੱਟ ਕੇ ਦੰਦ ਵੀ ਚੈੱਕ ਕਰਵਾ ਦੇਵਾਂਗੇ। ਵੱਛੀ ਪੂਰੀ ਮਾਸ਼ਾਅੱਲਾ ਸੀਲ ਸੋ, ਪੂਰਾ ਮੁੱਠ ਮੁੱਠ ਦਾ ਰੋਗ ਰੋਗ ਦਾ ਥਾਣੇ ਦੋਸਤੋ। ਵੱਛੀ ਨੇ ਚਵਾਈਆਂ 'ਚ ਹੋਰ ਜ਼ਿਆਦਾ ਵੀ ਬਣਾਉਣਾ, ਕੋਈ ਵੱਛੀ ਨੂੰ ਵੀਰਿਓ ਪਲਕੋ ਨਹੀਂ, ਕੋਈ ਕੁਛ ਕੋ ਨਹੀਂ, ਗਾਂ ਦੀ ਨਸਲ ਬੜੀ ਹੈ, ਗਾਂ ਦਾ ਕੱਦ ਕਾਠ ਵੇਖ ਲੈਣ ਭਾਈ ਅਲੀ ਰਜ਼ਾ ਬੈਠਾ ਤੇ ਇਹਦੇ ਤੋਂ ਕਮ ਸੇ ਕਮ 3 ਫੁੱਟ ਹੋਰ ਉੱਚੀ ਹੈਗਾ, ਕਮ ਸੇ ਕਮ ਮਾਸ਼ਾਅੱਲਾ ਵੇਖਦੇ ਪਏ ਨੇ ਐਡੀ ਹਾਈਟ ਐਡੀ ਲਾਮ ਪਹਿਲੇ ਸੂਏ ਵੱਛੀ ਕੋਲੇ। ਅਗਲੇ ਸੂਏ ਜਦੋਂ ਵੱਛੀ ਨੇ ਪੂਰਾ ਪਰੇਜਣਾ, ਪੂਰੀ ਆਪਦੀ ਰੂਟੀਨ ਤੇ ਆਉਣਾ, ਤਾਂ ਅੱਲਾ ਦੇ ਫਜ਼ਲ ਨਾਲ ਮੇਰੇ ਹਰ ਭਰਾ ਦਾ ਦਿਲ ਕਰੇਗਾ ਇਨਸ਼ਾਅੱਲਾ ਤਾਲਾ ਕਿ ਅਗਲੇ ਸੂਏ ਕਿਸੇ ਨੇ 10 ਲੱਖ ਦੀ ਵੀ ਗਾਂ ਨਹੀਂ ਦੇਣੀ, ਜੋ ਹਾਲਾਤ ਬਣੇ ਖੜੇ ਨੇ ਦੋਸਤ। ਵੱਛੀ ਦੀਆਂ ਪੂਰੀਆਂ ਨਸਲਾਂ ਵੇਖ ਲੈਣੀਆਂ ਇਨਸ਼ਾਅੱਲਾ, ਵੇਖਦੇ ਪਏ ਨੇ ਪਸਮਾਜ ਥਣ ਹੋਰ ਜ਼ਿਆਦਾ ਮਾਸ਼ਾਅੱਲਾ ਮੋਟਾ ਅਤੇ ਵੱਡਾ ਕਰ ਜਾਏਗੀ ਵੱਛੀ ਜਦੋਂ ਪੂਰੀ ਪਸਮੇਗੀ। ਵੱਛੀ ਹਰ ਚੀਜ਼ ਮੇਰੇ ਵੀਰਾਂ ਸਾਹਮਣੇ ਸੀਲ ਸਾਹਿਬ ਚੈੱਕ ਕਰ ਲੈ। ਭਾਈ ਅਲੀ ਰਜ਼ਾ ਅਹੀਂ ਆ ਜੀ, ਇੱਕ ਵਾਰੀ ਅਹੀਂ ਆ ਜਾਓ, ਵੱਛੀ ਦਾ ਉਰਲਾ ਥਣ ਮੂੰਹ 'ਚ ਪਾ ਦੇ ਵੱਛੀ ਦੇ। ਮਾਸ਼ਾਅੱਲਾ ਜੀ ਮਾਸ਼ਾਅੱਲਾ, ਪੂਰੇ ਹੁਸਨ ਦੀ ਮਾਲਕ ਹੈ ਵੱਛੀ, ਔਰ ਬੰਨ ਕੋਨੀ ਕੈਮਰਾਮੈਨ ਸਾਹਿਬ ਪੂਰੀ ਤੋਂ ਕੰਢ ਵੀ ਵਿਖਾਓ ਗਾਂ ਦੀ, ਦੇਖਦੇ ਪਏ ਨੇ ਗਾਂ ਦੀ ਹਾਈਟ ਕਿੱਥੇ ਔਰ ਤੋੜ ਤੱਕ। ਮਾਸ਼ਾਅੱਲਾ ਵੱਛੀ ਦੇ ਕੋਈ ਦੋਸਤੋ ਬੰਨ ਕੋਨੀ, ਇਹਨਾਂ ਨੂੰ ਕਿਹਾ ਜਾਂਦਾ ਕ੍ਰਾਸ ਬਰੀਡ, ਗੱਲਾਂ ਨਾਲ ਨਹੀਂ, ਚੋਲਸਤਾਨੀ ਕਿ ਦੇਸੀ ਟੱਗੀ ਹੁੰਦੀ ਹੈ, ਧਿਆਨ ਦੇਣੇ ਜੀ ਕ੍ਰਾਸ ਹੈ ਕ੍ਰਾਸ ਨਹੀਂ, ਜਿਹੜਾ ਕ੍ਰਾਸ ਜਾਨਵਰ ਦਿਖਾ ਦੇ ਬੰਨ ਕੋਨੀ ਦੀ ਬੈਠ ਦੇ ਉੱਤੇ ਤੋੜ ਤੱਕ ਪੱਧਰੀ ਪਈ ਹੈ। ਮਾਸ਼ਾਅੱਲਾ ਖੁੱਤੀ ਤੋਂ ਲੈ ਕੇ ਪੁਸ਼ਲ ਤੱਕ ਇਹ ਬੰਨ ਦੇ ਦੋਸਤੋ, ਹਰ ਗੱਲ ਤੁਹਾਡੇ ਸਾਹਮਣੇ, ਲੈਣਾ ਦੇਣਾ ਮੁਕਦਰਾਂ ਦਾ, ਜਿਹੜਾ ਦੁੱਧ ਵੀਰ ਚੋਂਦਾ ਪਿਆ ਅੱਲਾ ਦੇ ਘੁਮਣਾ ਵੀਰੇ ਨੇ ਉਹ ਦੁੱਧ ਦੱਸਣਾ ਲੋਕਾਂ ਤਰ੍ਹਾਂ ਨਹੀਂ ਕਿ ਜਨਾਬੇ ਲਈ ਚੋਂਦੇ 10 ਕਿਲੋ ਹੁਣ 2 ਟਾਈਮਾਂ ਦਾ ਤੇ ਜਨਾਬ ਇੱਕ ਟਾਈਮ ਚੁਆ ਕੇ ਤੇ ਆਪਣੇ ਹੁਣ 20 ਸੇਰ ਉਹ ਗੱਲਾਂ ਨਹੀਂ ਹੁੰਦੀਆਂ। 20 ਸੇਰੀ ਗਾਂ ਪਰੀ ਮੁਕੰਮਲ ਮੇਰੇ ਵੀਰਾਂ ਪੁਰਾਣਾ ਦੋਸਤਾਂ ਦੇ ਸਾਹਮਣੇ, ਅੰਗਰੇਜ਼ੀ ਗਾਂ ਨੇ 10 ਕਿਲੋ ਟਾਈਮ ਦਾ ਵੀ ਦੇਣਾ ਤੇ ਫਿਰ ਗਾਂ ਭਾਵੇਂ ਬਾਹਰੋਂ 20 ਲੱਖ ਦੀ ਵੀ ਲੈ ਲਓਗੇ ਤੇ ਉਹਨੇ ਕੋਈ ਦੁੱਧ ਦੇਣਾ। ਗਾਵਾਂ ਦੀਆਂ ਨਸਲਾਂ ਦੁੱਧ ਦਿੰਦੀਆਂ ਨੇ, ਕੀਮਤਾਂ ਨਹੀਂ ਦੁੱਧ ਦਿੰਦੀਆਂ ਹੁੰਦੀਆਂ।
ਇਸ ਗਾਂ ਦੀ ਨਸਲ ਅੱਲਾ ਦੇ ਹੁਕਮ ਦੁੱਧ ਦੇਣ ਵਾਲੀ ਇੰਨੀਆਂ ਬਰੀਕੀਆਂ ਦੇ ਵਿੱਚ ਇਨਸ਼ਾਅੱਲਾ ਤਾਲਾ ਬਾਹਰੋਂ 500,000 ਵਾਲੀ ਗਾਂ ਜਿੰਨਾ ਦੁੱਧ ਵੀ ਅੱਲਾ ਦੇ ਹੁਕਮ ਉਹਦੇ ਨਾਲ ਜ਼ਿਆਦਾ ਕਰੇਗੀ। ਜਵਾਬ ਇਹਦੇ ਪੈ ਨੇ ਮੇਰਾ ਭਰਾ ਕਰਦਾ ਪਿਆ ਤਾਂ ਅੱਲਾ ਉਹਦੀਆਂ ਆਵਾਜ਼ਾਂ ਆਉਂਦੀਆਂ ਪਈਆਂ ਨੇ। ਰਜ਼ਾ ਦਾ ਰਿਕਾਰਡ ਹੈ ਕਿ ਜਾਨਵਰ ਚੰਗਾ ਲਿਆਉਣਾ ਹੁੰਦਾ ਵੀਰਾਂ ਵਾਸਤੇ ਔਰ ਮਕੂਲ ਸਾਫ਼ ਸੁਥਰਾ ਔਰ ਲਾਜਵਾਬ ਵੱਛੀ ਨੂੰ ਕੋਈ ਪ੍ਰਵਾਹ ਨਹੀਂ ਪਹਿਲਣ ਹੋ ਕੇ ਇੰਨੀ ਸੀਲ ਸੋ ਬੈਡ ਦੋਸਤੋ ਇਹਨੂੰ ਭਾਵੇਂ ਤਿਆੜੀ ਸੀ 8 ਵਾਰੀ ਚੋ ਲਿਆ ਜੋ ਮਾਸ਼ਾਅੱਲਾ ਅੱਲਾ ਉਹਦੀਆਂ ਆਵਾਜ਼ਾਂ ਆ ਰਹੀਆਂ ਨੇ ਦੋਸਤੋ। ਮਾਸ਼ਾਅੱਲਾ ਚਵਾ ਹਰ ਗੱਲ ਤਸੱਲੀਆਂ ਨੇ ਮੇਰੇ ਵੀਰਾਂ ਨੇ ਕਰਨੀਆਂ ਨੇ। ਗਾਏ ਦੀ ਹਾਈਟ, ਗਾਂ ਦਾ ਪ੍ਰਿੰਟ, ਗਾਂ ਦੀ ਨਸਲ, ਗਾਂ ਦਾ ਚਵਾ ਅੱਲਾ ਦੇ ਹੁਕਮ ਨਾਲ ਤੁਹਾਡੇ ਸਾਹਮਣੇ ਦੋਸਤੋ ਲੈਣੇ ਦੇਣੇ ਮੁਕੱਦਰ ਨੇ। ਤੁਹਾਡਾ ਦੇਸ਼ ਪੰਜਾਬ ਟੀਵੀ ਨੇ ਹਮੇਸ਼ਾ ਆਪਣੇ ਵੀਰਾਂ ਭਰਾਵਾਂ ਦੋਸਤਾਂ ਦੀ ਫੇਵਰ ਦੀ ਗੱਲ ਕੀਤੀ, ਆਪਣੇ ਸਬਸਕ੍ਰਾਈਬਰਾਂ ਦੀ ਲੈਣ ਵਾਲੇ ਦੀ ਪੂਰੀ ਮੁਹੱਬਤ ਕੀਤੀ। ਵੀਰ ਜਿਹੜਾ ਸਾਡੇ ਤੋਂ ਜਾਨਵਰ ਲੈਂਦਾ ਸਾਡੇ ਇਤਮਾਦ 'ਤੇ, ਸਾਡੇ ਬੇਬ 'ਤੇ ਔਰ ਸਾਡੇ ਯਕੀਨ 'ਤੇ ਲੈਂਦਾ ਉਹਦੇ ਘਰ ਤੱਕ ਗਰੰਟੀਆਂ ਦੇ ਦੀਆਂ ਨੇ। ਵੈਟ ਦੇ ਕੋਲ ਮਾਸ਼ਾਅੱਲਾ ਜਿਹੜਾ ਪੱਕਾ ਪੀਡਾ ਦੁੱਧ, ਪੱਕਾ ਪੀਟਾ 20 ਲੀਟਰ ਦੋਸਤੋ ਔਰ ਵੱਛੀ ਇਨਸ਼ਾਅੱਲਾ ਤਾਲਾ ਜਿਸ ਘਰ ਮੇਰੇ ਜਿਸ ਵੀਰ ਕੋਲ ਜਾਂਦੀ ਨਹੀਂ ਇਨਸ਼ਾਅੱਲਾ ਤਾਲਾ ਦੁਆਵਾਂ 'ਚ ਯਾਦ ਰੱਖੇਗਾ, ਹਰ ਗੱਲ ਤੁਹਾਡੇ ਸਾਹਮਣੇ ਨਜ਼ਰ ਦੇ। ਮਾਸ਼ਾਅੱਲਾ ਜੀ ਮਾਸ਼ਾਅੱਲਾ, ਪੂਰੀ ਵੈਡ ਅੱਲਾ ਦੇ ਗੁਣਾ ਸ਼ੌਕੀਨ ਹੈ, ਸ਼ੌਕੀਨ ਵੀ ਹੈ, ਸੁਣੱਪ ਵੀ ਹੈ ਤੇ ਦੁੱਧ ਵੀ ਹੈ ਵੱਛੀ ਕੋਲ। ਸ਼ੌਕੀਨ ਤੇ ਦੁੱਧ ਪੁੱਤਰ ਵਾਲਾ ਜਾਨਵਰ ਦੋਸਤੋ ਨਸੀਬਾਂ ਨਾਲ ਲੱਭਦਾ ਹੈ। ਦੁੱਧ ਵੀ ਇਸ ਤਰੀਕੇ ਵਾਈਟ ਚਿੱਟਾ, ਕੋਈ ਗਰਮੀ ਨਹੀਂ ਕਰਨੀ ਵੈਣ ਨੇ। ਗਰਮੀ ਦਾ ਟੈਂਪਰੇਚਰ 50 ਤੋਂ ਛੱਡ ਕੇ ਭਾਵੇਂ ਜਨਾਵੇ 50 ਤੋਂ ਟੱਪਿਆ ਤਾਂ ਨਹੀਂ ਪਰ 50 ਤੋਂ ਟੱਪੇਗਾ ਵੀ ਵੈਣ ਗਰਮੀ ਬਰਦਾਸ਼ਤ ਕਰੇਗੀ। 38-50 ਤੱਕ ਸਾਡੇ ਇੱਥੇ ਰਹਿੰਦਾ ਟੈਂਪਰੇਚਰ। ਅੱਲਾ ਦੇ ਹੁਕਮ ਨਾਲ ਗਾਵਾਂ ਪ੍ਰਵਾਹ ਕਰਨ ਵਾਲੀਆਂ ਨੇ। ਵੱਛੀ ਦੀ ਹਾਈਟ ਵੇਖ ਲੈਣ, ਕੱਦ ਵੇਖ ਲੈਣ, ਨਸਲ ਵੇਖ ਲੈਣ, ਵੱਛੀ ਦੀਆਂ ਪੂਰੀਆਂ ਬਰੀਕੀਆਂ ਵੇਖਣ ਮੇਰੇ ਭਰਾ। ਮੁੱਲ ਮੁਹੱਬਤਾਂ ਵਾਲੇ ਹੋਣੇ ਨੇ ਦੋਸਤੋ। ਮੁੱਲ ਅੱਜ ਸੁਣ ਕੇ ਨਾ ਅੱਲਾ ਦੇ ਹੁਕਮ ਨਾਲ ਮੇਰੇ ਵੀਰਾਂ ਦਾ ਦਿਲ ਕਰਨਾ। ਪੂਰਾ ਨਸਲ ਜ਼ਾਤ ਵਾਲਾ ਜਾਨਵਰ ਹੈ ਦੋਸਤੋ। ਮਾਸ਼ਾਅੱਲਾ ਜੀ ਮਾਸ਼ਾਅੱਲਾ, ਦੁੱਧ ਬਿਲਕੁਲ ਜਿਵੇਂ ਮੱਝ ਦਾ ਦੋਸਤੋ, ਗਾੜਾ ਸੰਘਣਾ। ਮੈਂ ਆਪਣੇ ਵੀਰਾਂ ਦੱਸਦਾ ਜਾਵਾਂ, ਆਪਾਂ 10 ਮਾਈ ਜੇ ਅਗਰ ਲੈਂਦੀ ਨਾ 200 ਵਾਲਾ ਕੜਾ ਵੀ ਉਹਨੂੰ ਵਿਜਾ ਖੜਕਾ ਕੇ 7 ਵਾਰੀ ਚੈੱਕ ਕਰ ਦਈਏ ਤਾਂ ਅੱਲਾ ਦੇ ਹੁਕਮ ਨਾਲ ਮੇਰੇ ਵੀਰਾਂ ਭਰਾਵਾਂ ਦੋਸਤਾਂ ਦੇ ਸਾਹਮਣੇ ਸਾਰੀ ਗੱਲ। ਭਾਈ ਜਾਨ ਬਾਲਟੀ ਬਦਲੇ ਮਾਸ਼ਾਅੱਲਾ ਮੁੱਦੀ ਕਰ ਲੈ ਵੀ ਸਿਰ ਗੱਲਾਂ ਬਾਤਾਂ ਨਾਲ ਨੀ ਅੱਲਾ ਦੇਖੋ ਨਾ ਗਾਂ ਦੇ ਕੋਲੇ ਭਾਵੇਂ ਵੀਰ 8 ਦਿਨ ਆ ਕੇ ਚੋ ਲਵੇ ਪਰ ਵੀਡੀਓ ਕਾਲ ਤੇ ਚੁਆਈਆਂ ਲਵੇ, ਵੀਡੀਓ ਤੇ ਚੁਆਈ ਲਵੇ ਜਿਵੇਂ ਮੇਰੇ ਵੀਰ ਕਹਿਣਗੇ ਉਵੇਂ ਚੁਆਈਆਂ ਦੇ ਦਿਆਂਗੇ ਤੇ ਜਿਹਦਾ ਸੁਣਨਾ ਆਉਂਦਾ ਉਹ ਅੱਲਾ ਦੇਖੋ ਨਾ ਵਾਅਦਾ ਦੇ ਕੇ ਦਿੰਦਾ ਇਨਸ਼ਾਅੱਲਾ ਤਾਲਾ, ਉਹਨੂੰ ਕੋਈ ਪਰਵਾਹ ਨਹੀਂ ਹੁੰਦੀ। ਮਾਸ਼ਾਅੱਲਾ ਵੱਛੀ ਦੀ ਹਾਈਟ ਵੇਖ ਲੈ, ਬਾਲਟੀ ਕਿੱਥੇ ਪਈ, ਭਾਈ ਕਿੱਥੇ ਬੈਠਾ, ਵੱਛੀ ਅੱਗੋਂ ਕਿੱਥੇ ਹਾਈਟ ਕੱਦ ਕਾਢ ਵੱਛੀ ਦਾ ਵੇਖਣ ਪਹਿਲਣ ਹੋ ਕੇ ਹਲੇ ਮੂੰਹ ਚੌਂਗੀ ਏ, ਚੌਂਗੀ ਦਾ ਮਤਲਬ ਇਹ ਕਿ ਹਲੇ ਇਹਨੇ ਛਿੱਗੀ ਹੋਣਾ, ਛਿੱਗੀ ਤੋਂ ਬਾਅਦ ਫਿਰ 8 ਹੋਣਾ, 8-8ਵੀਂ ਅੱਗੇ ਬਲਕਿ 8 ਦੰਦ ਜਦੋਂ ਹੋਣੇ ਨੇ ਗਾਂ ਨੇ ਦੂਸਰਾ ਸੂਹਾ ਸੁਣਿਆ ਤਾਂ ਦੂਜੇ ਸੂਹੇ ਤੀਕਰ ਗਾਂ ਨੇ ਕੱਦ ਕਰਨਾ, ਹਲੇ ਮੁਕੰਮਲ ਜਵਾਨ ਨਹੀਂ ਆਇਆ, ਹਲੇ ਚੌਂਗੀ ਵੱਛੀ ਏ ਮਾਸ਼ਾਅੱਲਾ।
6 ਮਹੀਨੇ ਵੱਛੀ ਬਲਕਿ ਸਾਲ ਕੱਦ ਹੋਰ ਕਰਨਾ ਵੱਛੀ ਨੇ ਦੋਸਤੋ। ਮਾਸ਼ਾਅੱਲਾ ਜੀ ਮਾਸ਼ਾਅੱਲਾ, ਬਹੁਤ ਕਮਾਲ ਦੀ ਵੱਛੀ, ਅੱਲਾ ਇਹਦੀ ਜ਼ਿੰਦਗੀ ਕਰੇ, ਯਾਦੀ ਕਰੇ। ਭਾਈ ਅਲੀ ਰਜ਼ਾ, ਗੱਲ ਇੱਕ ਜਾਨਵਰ ਨਾ ਤੇਰਾ ਜਿੱਥੇ ਵੀ ਇਕੱਲਿਆ ਨਾ, ਭਰਾਵਾਂ ਨੇ ਦੁਬਾਰਾ ਤੇ ਵੀ ਜਾਨਵਰ ਮੰਗਾਇਆ ਤੇ ਮੇਰਾ ਭਰਾ ਮੁੱਲ ਇੰਨਾ ਪਿਆਰ ਵਾਲਾ ਕਰਨ, ਜਿੰਨੇ ਘਰ ਵੇਖਦੇ ਨੇ ਉਹਨੇ ਹੀ ਫੋਨ ਕਰਦੇ ਨੇ ਮੰਗਾਵਣ ਕਿਵੇਂ ਨਾ ਵੀਰੇ। ਸੋਨਾ ਹੈ, ਹਾਂਜੀ ਲਵਾ ਢੋਰ ਹੈ, ਸੋਨਾ ਸੀਲ ਸ਼ਰਾਬ ਹੈ, ਇਨਸ਼ਾਅੱਲਾ ਭਰਾਵਾਂ ਡਿਮਾਂਡਾ ਪੂਰੀਆਂ ਹੁੰਦੀਆਂ ਅੱਲਾ ਦੇ ਮਿਹਰਬਾਨੀ। ਅੱਛੇ ਵੀਰ ਭਰਾ ਦੋਸਤ, ਵੀਰ ਭਰਾ ਜਵੇਦ ਭਾਈ ਕੋ ਬੰਦਾ ਹੋਰ ਵੀਡੀਓ ਲਗਾਉਂਦਾ ਨਾ ਤੁਹਾਡੇ ਕੋਲ ਬੱਚੀ ਦਾ, ਹਾਂਜੀ ਤੇ ਰੇਟ ਸੁਣ ਲਓ, ਅੱਜ ਅੰਜ ਦਾ ਰੇਟ ਕਰਨਾ ਇਨਸ਼ਾਅੱਲਾ ਭਾਈ ਕੋ ਤੇ ਕਹਿਣਗੇ ਗਵਾਕਿਆ ਯਾਰ। ਬੜੀ ਗੱਲ ਭਾਈ ਅਲੀ ਰਜ਼ਾ, ਚਾਰ ਚੀਜ਼ਾਂ ਵੀਰ ਚੈੱਕ ਕਰਦੇ ਨੇ ਲੈਣ ਵਾਲੇ, ਉਹ ਚਾਰ ਚੀਜ਼ਾਂ ਕਿਹੜੀਆਂ ਚੈੱਕ ਹੁੰਦੀਆਂ ਨੇ? ਪਹਿਲੀ ਵੀਰ ਚੈੱਕ ਕਰਦੇ ਨੇ ਕਿ ਜਾਨਵਰ ਯਾਰ ਅਸੀਲ ਸੋਗ ਹੋਣਾ ਚਾਹੀਦਾ, ਠੀਕ ਹੈ, ਤੁਸੀਂ ਵਪਾਰੀ ਜ਼ਰਾਤ ਵੀ ਚੈੱਕ ਕਰਦੇ ਜੋ, ਤੇ ਦੂਜੀ ਚੀਜ਼ ਚੈੱਕ ਕਰਦੇ ਨੇ ਕੋਈ ਜਾਨਵਰ ਚ ਨੁਕਸ ਨਾ ਹੋਵੇ, ਐਵੇਂ ਗੱਲ ਹੈ? ਬਿਲਕੁਲ ਜੀ। ਤੀਜੀ ਚੀਜ਼ ਚੈੱਕ ਕੀਤੀ ਜਾਂਦੀ ਕਿ ਯਾਰ ਜਾਨਵਰ ਲਵਾ ਹੋਣਾ ਚਾਹੀਦਾ, ਪਹਿਲਣ ਜਾਂ ਦੂਜਣ ਹੋਣੀ ਚਾਹੀਦੀ, ਤੇ ਹੁਸਨ ਤੇ ਖੂਬਸੂਰਤੀ ਜਾਨਵਰ ਲਾਜਵਾਬ ਹੋਣਾ ਚਾਹੀਦਾ, ਉਹ ਤੀਸਰੀ ਗੱਲ ਵੀ ਪੂਰੀ ਹੈ। ਔਰ ਜਨਾਬੇ ਲਈ ਜਿਹੜੀ ਵੀਰ ਚੌਥੀ ਗੱਲ ਵੇਖਦੇ ਨੇ, ਚੌਥੀ ਗੱਲ ਦੇ ਵਿੱਚ ਮੇਰੇ ਭਰਾ ਦੋਸਤ ਜਿਹੜੇ ਨੇ ਉਹ ਆਉਂਦੇ ਨੇ ਕਿ ਯਾਰ ਦੁੱਧ ਵਾਈਟ ਹੋਣਾ ਚਾਹੀਦਾ ਤੇ ਔਰਗਾਣਾ ਤੇ ਸੰਘਣਾ ਹੋਣਾ ਚਾਹੀਦਾ, ਉਹ ਵੀ ਗੱਲ ਮੌਜੂਦ ਹੈ। ਜਿਹੜੀ ਜਨਾਬੇ ਲਈ ਪੰਜਵੀਂ ਗੱਲ ਵੀਰ ਚੈੱਕ ਕਰਦੇ ਨੇ ਕਿ ਗਰਮੀ ਨਹੀਂ ਕਰਨੀ ਚਾਹੀਦੀ ਗਾਏ ਨੂੰ, ਉਹ ਵੀ ਗੱਲ ਮੌਜੂਦ ਹੈ। ਮਾਸ਼ਾਅੱਲਾ ਇਸ ਤੋਂ ਉੱਤੇ ਫਿਰ ਗੱਲਾਂ ਕਿਹੜੀਆਂ ਆਉਣਗੀਆਂ? ਦੇਖਦੇ ਪਏ ਨੇ ਮਾਸ਼ਾਅੱਲਾ, ਚੁਆ ਵੱਛੀ ਨੂੰ ਚੰਗਾ ਲੱਗਿਆ, ਥਣ ਵੱਛੀ ਨੂੰ ਸੋਹਣਾ ਲੱਗਿਆ, ਪੂਰਾ ਰੁਕ ਰੁਕ ਦਾ ਮਾਸ਼ਾਅੱਲਾ ਥਣ। ਭਾਈ ਬਾਹਾਂ ਕਿੰਨੀਆਂ ਉੱਚੀਆਂ ਕਰਕੇ ਚੋਂਦਾ ਪਿਆ, ਵੱਛੀ ਦੀ ਹਾਈਟ ਦਾ ਕੱਦ ਦਾ ਜਾਇਜ਼ਾ ਲਾ ਲੈਣ, ਐਂ ਨਹੀਂ ਕਿ ਜਨਾਬੇ ਲਈ ਬਾਹਾਂ ਇੱਥੇ ਰੱਖ ਕੇ ਚੋਣੀਆਂ ਪੈਣ, ਇੱਥੋਂ ਦੇ ਸਿਰ ਜਿੰਨੀ ਉੱਚੀਆਂ ਬਾਹਾਂ ਨੇ, ਵੱਛੀ ਦਾ ਕੱਦ ਦਿਸਦਾ ਪਿਆ, ਸਿਰ ਜਿੰਨੀ ਉੱਚੀ ਹੱਥ ਕਰਕੇ ਬਾਈ ਚੋਈ ਜਾਂਦਾ, ਐ ਨੇ ਕੱਦ ਕਾਠ ਜਾਇਜ਼ਾ ਇੱਥੇ ਲੱਗ ਜਾਣਾ ਚਾਹੀਦਾ ਮੇਰੇ ਵੀਰਾਂ ਨੂੰ, ਕਿ ਇੱਕ ਬੰਦਾ ਚੁਆ ਬਾਲਟੀ ਤੋਂ ਕਮ ਸੇ ਕਮ 1.5 ਫੁੱਟ ਉੱਚੇ ਉੱਤੇ ਆਰਡਰ ਕੁਆਲਿਟੀ ਖੜਾ ਦੋਸਤੋ, ਤੇ ਬਾਲਟੀ ਵੀ ਕਮ ਸੇ ਕਮ 1.5 ਫੁੱਟ ਦੀ ਤਾਂ ਹੋਣੀ ਹੈ। ਇਹ ਸਾਰੀਆਂ ਗੱਲਾਂ ਤੁਹਾਡੀ ਮੇਰੀ ਅੱਖ ਦੇ ਸਾਹਮਣੇ ਨੇ, ਇੰਜ ਦੀਆਂ ਨਾਪ ਤੋਲ ਤੁਹਾਨੂੰ ਕਿਸੇ ਨੇ ਨਹੀਂ ਦੱਸਣੇ, ਸਿਰਫ ਤੁਹਾਨੂੰ ਤੁਹਾਡਾ ਦੇਸ਼ ਪੰਜਾਬ TV ਨੇ ਦੱਸਣਾ। ਬੜੀ ਖਰੀ ਵੈੜ ਹੈ ਤੇ ਬਰੀਕੀਆਂ ਵੈੜ ਦੀਆਂ, ਵੈੜ ਦੀ ਨਸਲ ਅੱਲਾ ਦੇ ਹੁਕਮ ਨਾਲ ਮੂੰਹ ਬੋਲ 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 ਕੇ ਦੱਸਦੀ ਪਈ ਹੈ। ਅਗਰ ਮੈਂ ਅੱਗੇ ਵੀ ਦੱਸਿਆ ਕਿ ਇਸ ਗਾਂ ਨੇ ਇਸ ਨਸਲ ਨੇ 20 ਸਿਰ ਦੁੱਧ ਨਹੀਂ ਦੇਣਾ, ਤਾਂ ਭਾਵੇਂ ਬਾਹਰੋਂ 5 ਲੱਖ ਦੀ ਵੀ ਗਾਂ ਲੈ ਲਿਆ ਦੋਸਤੋ, ਕੋਈ ਨਹੀਂ ਦੇਣਾ ਦੁੱਧ। ਮਾਸ਼ਾਅੱਲਾ ਜੀ ਮਾਸ਼ਾਅੱਲਾ, ਬਿਲਕੁਲ ਦੋਸਤ ਉਹੀ ਗੱਲ ਨਿਕਲੇ, ਫਰਕ ਨੀ ਕੋਈ ਹੋਵੇਗਾ ਇਨਸ਼ਾਅੱਲਾ। ਅੱਲਾ ਦੇ ਹੁਕਮ ਨਾਲ ਪੈਂਟੇ ਇਹਨਾਂ ਨੂੰ ਕਿਹਾ ਜਾਂਦਾ, ਬਾਲਟੀ ਨਾਲ ਲਾ ਕੇ ਪਰਤਾਣ ਨੂੰ ਪੈਂਟਾ ਨੀ ਕਿਹਾ ਜਾਂਦਾ, ਹਰ ਗੱਲ ਤੁਹਾਡੇ ਸਾਹਮਣੇ ਨਾ। ਅੱਲਾ ਦੇ ਹੁਕਮ ਨਾਲ ਤੁਹਾਡਾ ਦੇਸ਼ ਪੰਜਾਬ TV ਨੇ ਹਮੇਸ਼ਾ ਆਪਣੇ ਵੀਰਾਂ ਨਾਲ ਮੁਹੱਬਤਾਂ ਵੰਡੀਆਂ ਨੇ, ਔਰ ਆਖਰੀ ਦਮ ਤੱਕ ਵੰਡਦੇ ਰਹਾਂਗੇ। ਲੈ ਆ ਵੀਰਿਆ ਏ ਭਰਾ ਦੇ ਗੜਵੀ, ਬਿਸਮਿਲ੍ਲਾ ਰਹਿਮਾਨ ਰਹੀਮ, ਇਨਸ਼ਾਅੱਲਾ ਫਜ਼ਲ ਔਰ ਕਰਮ ਕਰੀ ਜਨਾਬ। ਹੈ ਇੱਕ ਹੈ ਮਾਸ਼ਾਅੱਲਾ ਵੀਰਿਓ, ਦੋ ਹੈ ਵੀਰਿਓ ਮਾਸ਼ਾਅੱਲਾ, ਤਿੰਨ ਹੈ ਜਨਾਬ ਮਾਸ਼ਾਅੱਲਾ, ਚਾਰ ਹੈ ਜਨਾਬ ਮਾਸ਼ਾਅੱਲਾ, ਪੰਜ ਇਹ ਜਨਾਬ ਮਾਸ਼ਾਅੱਲਾ, 6 ਦੇਖ ਲਿਆ ਮੇਰੇ ਵੀਰਾਂ ਨੇ, 6 ਹੋ ਗਈਆਂ ਜਨਾਬ 6, ਤੇ ਇਹ ਜਨਾਬ ਮਾਸ਼ਾਅੱਲਾ
ਸੱਤ ਹੈ ਵੀਰੋ, ਮਾਸ਼ਾਅੱਲਾ ਅੱਠ ਹੈ ਵੀਰੋ, ਮਾਸ਼ਾਅੱਲਾ ਨੌ ਹੈ ਵੀਰੋ, ਮਾਸ਼ਾਅੱਲਾ ਦਸ ਹੈ ਜਨਾਬ, ਗਿਆਰਾਂ ਹੈ ਜਨਾਬ, ਮਾਸ਼ਾਅੱਲਾ ਬਾਰਾਂ ਹੈ ਜਨਾਬ, ਮਾਸ਼ਾਅੱਲਾ ਤੇਰਾਂ। 13 ਲੀਟਰ ਗਰਮ ਹੋਇਆ, 20 ਲੀਟਰ ਦੀਆਂ ਭਾਈ ਅਲੀ ਰਜ਼ਾ ਦੀਆਂ ਗਰੰਟੀਆਂ ਨੇ। ਐ ਇਹਨਾਂ ਨੂੰ ਕਿਹਾ ਜਾਂਦਾ ਗਾਂ ਦੇ ਬੱਚੇ। 200 ਸੋਨਾ ਤੇ ਪਿੱਤਲ ਦਾ ਤੇ ਜਨਾਬ ਚਾਂਦੀ ਦਾ ਤੁਸੀਂ ਇਨਸਾਫ ਕਰਨਾ ਹੁੰਦਾ। ਮੇਰੇ ਵੀਰਾਂ ਦੱਸਦਾ ਜਾਵਾਂ, ਚਾਰ ਚੀਜ਼ਾਂ ਚੈੱਕ ਕੀਤਾ ਕਰੋ, ਚਾਰ ਚੀਜ਼ਾਂ ਕੀ ਸੋਨਾ ਪਿੱਤਲ ਤੇ ਲੋਹਾ ਤੇ ਚਾਂਦੀ, ਇਹ ਚੈੱਕ ਕੀਤਾ ਕਰੋ। ਲੋਹਾ ਲੋਹਾ ਸਮਝਿਆ ਕਰੋ, ਚਾਂਦੀ ਨੂੰ ਚਾਂਦੀ ਸਮਝਿਆ ਕਰੋ। ਆਹ ਖੀਰ ਵਾਲੇ ਦੰਦ, ਬਚਪਨ ਵਾਲੇ ਜਿਹੜੇ ਦੁੱਧ ਵਾਲੇ ਦੰਦ ਨੇ, ਬੱਚੀ ਨਾਲ ਛੱਡੀ ਫਿਰਨੇ, ਬੱਚੀ ਨੂੰ ਪ੍ਰਵਾਹ ਕੋਲ ਇਹ ਦੁੱਧ ਦੰਦ, ਖੀਰ ਵਾਲੇ ਦੰਦ ਜਨਾਬੇ ਲਈ। ਇਹ ਖੜੇ ਦੋ, ਆਹ ਖੜੇ ਤੇ ਦੋ ਹੀ ਕੈਮਰਾਮੈਨ ਸਭ ਇੱਧਰ ਲਿਆਓ, ਆਹ ਖੜੇ, ਇਹ ਖੜੇ, ਇੱਕ ਦੋ ਤਿੰਨ ਚਾਰ ਹਾਲੇ, ਆਹ ਵੀ ਦੰਦ ਡੇਗਣਾ ਬਹਿਣ ਨੇ, ਇਹ ਵੀ ਔਰ ਇੱਧਰੋਂ ਵੀ ਚਾਰ ਦੰਦ ਗਾਂ ਨੇ ਡੇਗਣੇ ਨੇ ਤੇ ਸਾਲ ਪੂਰਾ ਕੱਦ ਕਰਨਾ। ਔਰ ਬੱਚੀ ਬੜੀ ਮਾਸ਼ਾਅੱਲਾ ਲਾਜਵਾਬ, ਔਰ ਲੈਣਾ ਦੇਣਾ ਦੋਸਤੋਂ ਨੂੰ ਖਤਰਾ ਦੋਣਾ, ਇੰਜ ਦੀਆਂ ਤਸੱਲੀਆਂ ਕੋਈ ਕਰਾਵੇ ਤੇ ਗੱਲਾਂ ਹੋਣਗੀਆਂ। ਫਿਰ ਅਸਲਾਮ ਵਾਲੇਕੁਮ ਜੀ। ਵਾਲੇਕੁਮ ਸਲਾਮ ਜੀ। ਭਾਈ ਅਲੀ ਰਜ਼ਾ, ਖੁਦਾ ਜਾਣਦਾ ਮੇਰਾ ਰੱਬ ਜਾਣਦਾ, ਤਾਰੀਫ ਨਹੀਂ, ਤਾਰੀਫ ਉਹ ਸੱਚੇ ਰੱਬ ਦੀ, ਤਾਰੀਫ ਰੱਬ ਦੀ, ਜਿਹੜੀ ਚੰਗੀ ਭਰਾ ਦੀ ਸਿਫਤ ਹੋਵੇ ਦੱਸਣੀ ਚਾਹੀਦੀ। ਬਿਲਕੁਲ, ਤੇਰਾ ਸਭ ਤੋਂ ਵੱਡੀ ਗੱਲ ਹੈ ਕਿ ਵਾਕਈ ਜਿਹੜਾ ਤੇਰਾ ਮੁੱਲ ਹੋਣਾ ਨਾ, ਇੰਜ ਤੱਕ ਕਰੀ ਕਿ ਜਿੰਨੇ ਮੇਰੇ ਵੀਰ ਭਰਾ ਹਮੇਸ਼ਾ ਤੇਰਾ ਤੇਰੀ ਵੀਡੀਓ ਵੇਖਣਾ, ਵੀਕੀ ਤੋਂ ਬਾਅਦ ਵੀ ਮਹੀਨਾ ਮਹੀਨਾ ਤੇਰਾ ਫੋਨ ਆਈ ਜਾਂਦਾ, ਰਜ਼ਾ ਵਾਲੀਆਂ ਗਾਵਾਂ, ਰਜ਼ਾ ਵਾਲੀਆਂ ਗਾਵਾਂ ਮੈਂ ਨਾ ਵੇਖ ਗਈਆਂ ਵੇਖ ਗਈਆਂ। ਉਸ ਦਿਨ ਆਪਾਂ ਦੋ ਲਾਈਆਂ ਨੇ, ਬਿਲਕੁਲ, ਤੂੰ ਵੇਚ ਮੁਕਾਮੀ ਇੱਥੇ ਦਿੱਤੀਆਂ ਤੇ ਮੇਰੇ ਨਾਲ 100 ਕਾਰ ਰੁੱਸਿਆ। ਇਸੇ ਤਰ੍ਹਾਂ ਕਿੰਨਾ 100 ਕਾਰ ਰੁੱਸਿਆ, ਉਹ ਰੁੱਸਿਆ ਕਿਉਂ? ਕਈ ਵੀਰਾਂ ਨੇ ਯਾਰ ਤੁਸੀਂ ਵੇਚ ਕੇ ਚੜਾ ਦੇ, ਮੈਂ ਬਾਈਆਂ ਨੂੰ ਲੈਣ, ਹੋਰ ਬਾਈ ਆਏ ਨੇ ਮੇਰੇ ਤੋਂ, ਹੋਰ ਗਾਈਆਂ ਲੈ ਗਏ, ਹੋਰ ਲੈ ਗਏ, ਕਿਉਂਕਿ ਮੌਕੇ ਤੇ ਆਏ। ਜਦੋਂ ਗਾਂ ਦੀ ਉਹਨਾਂ ਨੇ ਵੀਡੀਓ ਵੇਖੀ, ਭਾਈ ਕੋਲ ਗਾਵਾਂ 2-4 ਹੋਰ ਲੈ ਗਏ। ਅਲਹਮਦੁਲਿਲਾ, ਸਾਫ਼ ਕੰਮ ਕਰਨ ਵਾਲੇ ਬੰਦੇ ਨੂੰ ਕਿਸੇ ਦੀ ਪਰਵਾਹ ਨਹੀਂ ਹੁੰਦੀ। ਭਾਈ ਅਲੀ ਰਜ਼ਾ, ਪੱਕੀਆਂ ਜੇ ਗੱਲਾਂ ਕਰਨੀਆਂ, ਗਾਂ ਦਾ ਕੋਈ ਆਪਣੀ ਨੂੰ ਨੁਕਸ ਐਪ ਤੋਂ ਕੋਈ ਮੇਰਾ ਮੇਰੀ ਗੱਲ ਸੁਣਨਾ ਬਾਈ ਜਵੇਦ, ਪਹਿਲਣ ਵੱਛੀ ਹੈ, ਮੂੰਹ ਚੋਗੀ ਹੈ, ਸਿਰ ਤੋਂ ਲੈ ਤੇ ਪੈਰ ਤੇ ਕਹਿੰਦਾ ਕੋਈ ਨੁਕੋ ਸਾਹਿਬ ਹੋਵੇ ਵਾਲ, ਜਿੰਨਾ ਮੈਂ ਜ਼ਿੰਮੇਦਾਰ ਹਾਂ, ਵੀਰ ਬਾਈ ਇੱਥੋਂ ਆ ਕੇ ਗਾਣੇ ਮੇਰੇ ਪੈਸੇ ਦੇ ਦਿਓ ਜੀ ਸ਼ਹਿਜ਼ਾਦਾ ਭਰਾ। ਇਹਦੀ ਜੇਰ ਦੇ ਮੇਰੇ ਕੋਲ ਕਲਿੱਪ ਹੈਗਾ ਵੀਰੇ, ਉਹ ਵੀ ਦਿਆ, ਤੀਸਰਾ ਦੇਣ ਦੇ ਸੂਨ ਵੀਰੇ, ਤੀਸਰਾ ਦੇਣ। ਅੱਛਾ ਜੀ, ਤੇ ਸੁਣਿਆ ਦੁੱਧ ਵੈੜ ਥੱਲੇ 20 ਲੀਟਰ ਦੋਵਾਂ ਟਾਈਮਾਂ ਦਾ ਮੇਰਾ ਹੱਥ ਕਲਵਾ ਲਾਣ ਜੀ ਸ਼ਹਿਜ਼ਾਦਾ ਭਰਾ। ਅੱਛਾ ਅਲੀ ਰਜ਼ਾ ਭਾਈ, ਸਾਰੀਆਂ ਗੱਲਾਂ ਵੀਰਾਂ ਭਰਾਵਾਂ ਨੇ ਤਾਂ ਲਈਆਂ ਨੇ, ਸੁਣ, ਗਾਂ ਦਾ ਮੁੱਲ ਆਪਾਂ ਕਿਹੜਾ ਕਰਨਾ ਉਹ ਦੱਸ, ਪੱਕਾ ਜਾ ਕਰ ਦੇ। ਵੈੜ ਦਾ ਉਸਨ ਵੇਖੀਏ, ਵੈੜ ਦਾ ਦੁੱਧ ਵੇਖੀਏ, ਥਣ ਚੱਡਾ ਤੇ ਚਵਾ ਵੇਖੀ ਤੇ ਵੈੜ ਮੇਰੀ 5 ਲੱਖ ਦੀ, ਜਿਵੇਂ ਮੁਲਕ ਮੁੱਲ ਪਿਆ ਕਰ, ਜਿਵੇਂ ਮੁਲਕ ਕੀਤੀ ਜਾਂਦਾ, ਮੁਲਕ ਨੂੰ ਨੀ ਵੇਖਣਾ ਆਪਾਂ, ਮੁਲਕ ਤੋਂ ਅੱਗੇ ਕਰਨਾ, ਮੁਲਕ ਨੂੰ ਵੇਖਣਾ ਆਪਾਂ, ਆਪਦੇ ਜਾਨਵਰ, ਆਪਦੇ ਕੰਮ ਨੂੰ ਵੇਖਣਾ ਕਿ ਇਨਸ਼ਾਅੱਲਾ ਆਪਾਂ ਕੰਮ ਬਰਕਰਾਰ ਰੱਖਣਾ ਹੈ ਜੀ। ਬਿਲਕੁਲ, ਆਪਣੇ ਇਸ ਚੈਨਲ ਤੇ ਚਾਲੂ ਰਹਿਣਾ ਚਾਹੀਦਾ ਇਨਸ਼ਾਅੱਲਾ। 2,95,000 ਰੁਪਇਆ ਵੈੜ, 2,95,000, 2,95,000 ਚ ਪਿਆਰ ਮੁਹੱਬਤ ਦੀਦ ਲਿਆਜ਼ ਵੀਰਾਂ ਮੇਰਾ ਭਰਾਵਾਂ ਨਾ ਹੋਵੇ ਕਾਇਆ ਨਾ, ਕੋਈ ਖੁਆਇਸ਼ਮੰਦ ਹੋਇਆ ਤਾਂ ਕਦਰ ਜ਼ਰੂਰ ਕਰਾਂਗਾ, ਲੇਕਿਨ ਮੇਰੀ ਬੱਚੀ ਇੰਜ ਦੀ ਕਿ ਵੀਰ ਬਾਈ 20-30,000 ਹੋਰ ਵੀ ਦੇ ਜਾਣ ਦੇ ਮੂੰਹ ਤੇ ਪੈਂਦਾ ਜੀ ਸ਼ਹਿਜ਼ਾਦਾ ਭਰਾ। ਗੱਲ ਤੇਰੀ ਵਾਕਿਆ ਸਹੀ ਹੈ ਦੋਸਤੋ, ਇਨਸਾਫ਼ ਤੁਹਾਡੇ ਹੱਥੀ ਤਕੜੀ ਫੜ ਲੈਣੀ ਤੇ ਤੋਲਣਾ, ਨਾਪ ਤੋਲ ਕਰਨਾ। ਜੇ ਅਲੀ ਰਜ਼ਾ ਦੇ ਜਾਨਵਰ ਰੰਗਾ ਜਾਨਵਰ ਲੱਗਿਆ ਹੋਵੇ ਵੀਡੀਓ ਦੇ ਵਿੱਚ, ਜੇ ਇੰਨੀਆਂ 20 ਲੀਟਰ ਦੀਆਂ ਗਰੰਟੀਆਂ ਤੇ ਇਹ ਜੀ ਕਰਾਸ ਤੇ ਇਹ ਜੀ ਵੱਛੀ ਤੇ ਇਹ ਜੀ ਹੁਸਨ ਵਾਲੀ, ਏਡੇ ਕੱਦ ਕਾਟ ਵਾਲੀ, ਏਡੀ ਲਾਮ ਵਾਲੀ ਤੇ ਏਡੀਆਂ ਸੀਲਤਾ ਵਾਲੀ, ਔਰ ਮਾਸ਼ਾਅੱਲਾ ਇੰਜ ਦਾ ਹੋਵੇ ਜਾਨਵਰ ਤੇ ਮੁੱਲ ਸੁਣ ਲੈਣੇ ਨੇ ਤੁਸੀਂ, ਮੇਰੇ ਤੇ ਵੀ ਨਹੀਂ ਰਹਿਣਾ। ਮੇਰਾ ਜਾਲੀ ਰਜ਼ਾ ਦਾ
ਨਹੀਂ ਵੇਖਣਾ ਜੇ ਮੁੱਲ ਲੋਕਾਂ ਨਾਲੋਂ ਅੱਲਾ ਦੇ ਗੁਣਾ 50,000 ਥੱਲੇ ਤੇ ਫਿਰ ਗਾਂ ਨੂੰ ਲੈ ਲੈਣਾ ਜੇ ਲੋਕਾਂ ਨਾਲ 50,000 ਜਾਂ 20,000 ਉੱਤੇ ਪਰ 10,000 ਵੀ 5,000 ਵੀ ਉੱਤੇ ਉੱਤੇ ਨਹੀਂ ਲੈਣਾ ਦੋਸਤੋ। ਇਹ ਗੱਲਾਂ ਨੇ ਤੁਹਾਡੇ ਸਾਹਮਣੇ। ਜਾਨਵਰ ਜਿਹੜਾ ਮੇਰਾ ਭਰਾ ਖਰੀਦਣਾ ਚਾਹੁੰਦਾ ਰਾਬਤਾ ਨੰਬਰ ਲੈ ਸਕਦਾ 0300-410-4051 ਇਸੇ ਤੇ ਵਟਸਐਪ ਇਸੇ ਤੇ ਰਾਬਤਾ ਨੰਬਰ ਅੱਜ ਦੀ ਵੀਡੀਓ ਨਾਲ। ਆਪਣੇ ਮੇਜ਼ਬਾਨ ਮੁਹੰਮਦ ਜੁਏ ਨੂੰ ਦਿਓ ਇਜਾਜ਼ਤ। ਅੱਲਾ ਨਿਗਵਾਨ ਪਾਕਿਸਤਾਨ ਜ਼ਿੰਦਾਬਾਦ।